ਤੇ ਉਹ ਨਿਆਜ਼ੀ ਜਿਹੜਾ ਹੁਣ ਸੋਚ ਰਿਹਾ ਕਿ ਮੈਂ ਯੂਥੀਏ ਵੇਚਣੇ ਨੇ ਤੇ ਸਭ ਤੋਂ ਪਹਿਲੇ ਜਿਹੜੇ ਉਹਨੇ ਯੂਥੀਏ ਵੇਚਣੇ ਨੇ ਨਾ ਉਹ ਫੇਸਬੁੱਕਾਂ ਵਾਲੇ ਵੇਚਣੇ ਨੇ ਇਹ ਵੀ ਮੈਂ ਤੁਹਾਨੂੰ ਦੱਸ ਤਿਆ ਇਹਨਾਂ ਦਾ ਰੇਟ ਜਿਹੜਾ ਉਹ ਚੰਗਾ ਲੱਗਣਾ ਕਿਉਂ ਕਿ ਇਹਨਾਂ ਦਾ ਛੱਲਾ ਛੱਲਾ ਵੀ ਟਾਇਟ ਹੈ ਔਰ ਵੇਚਨੇ ਵੀ ਕਿਹਨਾਂ ਨੂੰ ਨੇ ਅਫਗਾਨੀਆਂ ਨੂੰ ਕਿਉਂਕਿ ਉਹਨਾਂ ਨੂੰ ਛੱਲਾ ਚਾਹੀਦਾ ਤੇ ਯੂਥੀਆਂ ਦਾ ਛੱਲਾ ਜਿਹੜਾ ਤੁਹਾਨੂੰ ਪਤਾ ਹੀ ਹੈ ਕਿੰਨਾ ਟਾਇਟ ਹੈ ਤੇ ਨਿਆਜ਼ੀ ਜਿਹੜਾ ਉਹ ਹੁਣ ਯੂਥਿਊਬ ਵਿੱਚੇਗਾ ਅਫਗਾਨਿਸਤਾਨ ਨੂੰ ਤੇ ਉਹਨਾਂ ਕੋਲੋਂ ਲਏਗਾ ਬਦਲੇ ਵਿੱਚ ਪੈਸੇ ਔਰ ਮੁਲਕ ਦੀ ਮਾਇਸ਼ਤ ਜਿਹੜੀ ਹੈ ਉਹ ਚਲਾਏਗਾ ਤੇ ਸਭ ਤੋਂ ਪਹਿਲੇ ਜਿਹੜੇ ਯੂਥਿਊਬ ਉਹ ਵੇਚੇਗਾ ਉਹ ਫੇਸਬੁੱਕਾਂ ਵਾਲੇ ਟਵਿੱਟਰ ਵਾਲੇ ਔਰ YouTube ਵਾਲੇ ਹੋਣਗੇ ਇਹਨਾਂ ਨੂੰ ਵੇਚੇਗਾ ਅਫਗਾਨਿਸਤਾਨ ਨੂੰ ਕਿਉਂਕਿ ਅਫਗਾਨੀਆਂ ਨੂੰ ਤੇ ਚਾਹੀਦਾ ਛੱਲਾ ਟੱਟ ਉਹਨਾਂ ਨੂੰ ਨੂੰ ਵੇਚ ਕੇ ਤੇ ਲਵੇਗਾ ਡਾਲਰਾਂ ਦੀਆਂ ਬੋਰੀਆਂ ਤੇ ਫਿਰ ਚਲਾਏਗਾ ਮੁਲਕ ਦੀ ਮੁਇਸ਼ਤ ਤੇ ਇਸ ਵਾਸਤੇ ਯੂਥੀਆ ਜਿਹੜਾ ਸੋਸ਼ਲ ਮੀਡੀਆ ਤੇ ਬੈਠਾ ਹੈ ਫੇਸਬੁੱਕਾਂ ਤੇ ਬੈਠਾ ਹੈ ਟਵਿੱਟਰ ਤੇ ਬੈਠਾ ਹੈ ਯੂਟਿਊਬ ਤੇ ਬੈਠਾ ਹੈ ਉਹ ਆਪਣਾ ਮੇਕਅਪ ਕਰਨਾ ਸ਼ੁਰੂ ਕਰ ਦੇ ਕਿਉਂਕਿ ਨਿਆਜ਼ੀ ਜਿਹੜਾ ਉਹਨੇ ਹੁਣ ਤੁਹਾਨੂੰ ਵੇਚਣਾ ਤੇ ਵੇਚਣਾ ਵੀ ਅਫਗਾਨੀਆਂ ਅੱਗੇ ਉੱਥੇ ਪਤਾ ਕਿੰਨਾਂ ਦੀ ਹਕੂਮਤ ਹੈ ਤੇ ਤੁਹਾਡੇ ਬਦਲੇ ਫਿਰ ਉਹਨਾਂ ਉੱਥੋਂ ਲੈਣੇ ਨੇ ਡਾਲਰ ਤੇ ਤੁਹਾਡੇ ਫਿਰ ਛੱਲੇ ਉੱਥੇ ਹੋਣੇ ਨੇ ਟੈਟ ਕੁਰਬਾਨੀ ਭਾਈ ਮਲਕਾਸਤੇ ਤੁਸਾ ਦੇਣੀ ਹੈ ਕਿਉਂਕਿ ਤੁਹਾਨੂੰ ਤਬਦੀਲੀ ਚਾਹੀਦੀ ਸੀ ਨਾ ਇਹ ਉਹ ਤਬਦੀਲੀ ਹੈ ਜਿਹੜੀ ਹੁਣ ਖਾਨ ਸਾਹਿਬ ਨੇ ਲੈ ਕੇ ਆਣੀ ਹੈ ਉਹਨੇ ਹੁਣ ਯੂਥ ਜਿਹੜੇ ਫੇਸਬੁਕਾਂ ਤੇ ਬੈਠੇ ਆ ਸੋਸ਼ਲ ਮੀਡੀਆ ਤੇ ਬੈਠੇ ਆ ਉਹਨਾਂ ਨੂੰ ਵੇਚਣ ਦਾ ਫੈਸਲਾ ਕਰ ਲਿਆ ਅਫਗਾਨੀਆਂ ਨੂੰ ਤੇ ਜਿੰਨਾ ਵੀ ਯੂਥ ਆ ਸੋਸ਼ਲ ਮੀਡੀਆ ਤੇ ਬੈਠਾ ਹੈ ਨੇਲ ਪਾਲਿਸ਼ ਲਾਣੀ ਸ਼ੁਰੂ ਕਰਦੇ ਹੋ ਮੇਕਅਪ ਕਰਨੇ ਸ਼ੁਰੂ ਕਰਦੇ ਹੋ ਵਾਲ ਸਵਾ ਪਾਊਡਰ ਲਾ ਕੇ ਗੇਮਰ ਰੈਡੀ ਸ਼ੁਰੂ ਕਰਦੇ ਹੋ ਤੇ ਲਾਗ ਚੀਜ਼ਾਂ ਚਮਕਾਣੀਆਂ ਸ਼ੁਰੂ ਕਰਦੇ ਹੋ ਕੋਈ ਪਤਾ ਨਹੀਂ ਕਿਸੇ ਟਾਈਮ ਤੁਹਾਨੂੰ ਮੈਸੇਜ ਆ ਜਾਏ ਕਿ ਅੱਜ ਤੇਰੀ ਵਾਰੀ ਹੈ ਤੇ ਤੈਨੂੰ ਡਾਲਰ ਲੈਣ ਆ ਰਿਹਾ ਤੂੰ ਜਾ ਰਿਹਾ ਹੈ ਅਫਗਾਨਿਸਤਾਨ ਤਾਂ ਕਿ ਦੇਰ ਨਾ ਹੋਏ ਤੇ ਇਹ ਨਵਾਂ ਮਨਸੂਬਾ ਜਿਹੜਾ ਇਹ ਨਿਆਜ਼ੀ ਨੇ ਪਾਕਿਸਤਾਨ ਦੀ ਮੁਹਿੰਤ ਚਲਾਉਣ ਵਾਸਤੇ ਇਹ ਸਟਾਰਟ ਕਰ ਦਿੱਤਾ ਹੈ ਕਿ ਯੂਥ ਇਹ ਵੇਚ ਕੇ ਤੇ ਡਾਲਰ ਲੈਣੇ ਇਹ 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 ਉਹ ਸਟੋਰੀ ਹੈ ਜਿਹੜੀ ਮੈਂ ਤੁਹਾਡੇ ਅੱਗੇ ਅੱਜ ਬ੍ਰੇਕ ਕਰ ਦਿੱਤੀ ਹੈ ਕੋਈ ਟੀਵੀ ਚੈਨਲ ਜਿਹੜਾ ਇਹ ਸਟੋਰੀ ਤੁਹਾਨੂੰ ਨਹੀਂ ਦੱਸੇਗਾ ਇਹ ਮੈਂ ਤੁਹਾਨੂੰ ਦੱਸ ਤੇ ਆ ਇਹ ਗੱਲ ਜਿਹੜੀ ਹੈ ਪੜ੍ਹੀ ਲਿਖੀ ਜੇ ਸਮਝ ਲਿਓ ਇਹ ਹੋਣ ਹੋਣ ਲੱਗਾ ਜੇ ਤੇ ਇਹ ਜਿਹੜੇ ਬੈਠੇ ਨੇ ਫੇਸਬੁੱਕਾਂ ਤੇ ਮੇਕਅਪ ਕਰੋ ਜਰਾ ਨੇਲ ਪਾਲਿਸ਼ ਵੀ ਲਾਓ ਬਾਲ ਸਵਾ ਪਾウダー ਲਾ ਕੇ ਥੱਲਿਓ ਜਿਹੜੇ ਛੱਲੇ ਨੇ ਉਹਨਾਂ ਨੂੰ ਵੀ ਸਾਫ਼ ਕਰੋ ਕਿਸੇ ਟਾਈਮ ਵੀ ਡਾਲਾ ਆ ਸਕਦਾ ਲੈਣ ਚਲੋ ਬਈ افغانستان ਤੁਹਾਡਾ ਸੌਦਾ ਹੋ ਗਿਆ ਦੋ ਬੋਰੀਆਂ ਡਾਲਰ ਚ ਹੂੰ ਤੇ ਇਹ ਸਰਕਾਰ ਉਹ ਜਿਹੜਾ ਇਹ ਨਵਾਂ ਮਨਸੂਬਾ ਮੌਇਸ਼ਤ ਚਲਾਣਾ ਹੈ ਉਸ ਤੇ ਜਿਹੜਾ ਨਾ ਇਹ ਖਾਨ ਨੇ ਇਹ ਕੀਤਾ ਜੇ ਔਰ ਇਹ ਬਹੁਤ ਅੱਛਾ ਮਨਸੂਬਾ ਹੈ ਮੈਂ ਸਰਾਨਾ ਨਿਆਜ਼ੀ ਨੂੰ ਬਸ देर ਆਇਆ ਦਰੁਸਤ ਆਇਆ ਬਸ ਇਹ ਯੂਥੀ ਜੋ ਬਕਾਰ ਹੀ ਜੁਨੇ ਇਹਨਾਂ ਦਾ ਕੀ ਤੱਲਕ ਹੈ ਪਾਕਿਸਤਾਨ ਨਾਲ ਇਹਨਾਂ ਨੂੰ ਵੇਚ ਕੇ ਡਾਲਰ ਲਵੇ ਤੇ ਮੌਇਸ਼ਤ ਚਲਾਏ ਜੀ ਨਹੀਂ ਮੰਗਿਆ ਉਹ ਸਸਤੀ ਹੋਵੇ ਆਟਾ ਇਹ ਉਹ ਸਾਰੀਆਂ ਚੀਜ਼ਾਂ ਬਿਜਲੀ ਗੈਸ ਸਾਰਾ ਕੁਝ ਸਸਤਾ ਹੋਏ ਇਹ ਜੋ ਬਕਾਰ ਨੇ ਅਜੇ ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਬੈਠੇ ਨੇ ਇਹਨਾਂ ਨੂੰ ਵੇਚ ਕੇ ਡਾਲਰ ਲਾਵੇ ਅਫਗਾਨਿਸਤਾਨ ਤੋਂ ਅਫਗਾਨਿਸਤਾਨ ਵਾਲਿਆਂ ਨੂੰ ਇੱਕ ਇਹ ਛੱਲਾ ਲੱਭ ਜਾਏਗਾ ਸਰਦੀਆਂ ਉਹਨਾਂ ਦੀਆਂ ਟਾਟ ਲੱਗ ਜਾਣਗੀਆਂ ਪਾਕਿਸਤਾਨੀਆਂ ਦੀ ਜ਼ਰਾ ਮਾਇਸ਼ਾ ਠੀਕ ਹੋ ਜਾਏਗੀ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਸੌਦਾ ਮਾੜਾ ਨਹੀਂ ਗੱਲ ਸਮਝਦੇ ਹੋ ਕਿ ਨਹੀਂ ਸਮਝਦੇ ਮਿੱਠੇ ਸੌਦਾ ਨਹੀਂ ਮਾੜਾ ਏ